ਨਮਸਕਾਰ, ਪ੍ਰੋਗਰਾਮ ਦਿਨ ਭਰ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਵਧਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਵੱਲ। ਲੋਕ ਸਭਾ ਚੋਣਾਂ ਦੇ ਖਤਮ ਹੁੰਦੇ ਪੰਜਾਬ ਦੇ ਵਿੱਚ ਹੁਣ ਅਧਿਕਾਰੀਆਂ ਦੇ ਤਬਾਦਲੇ ਹੁਣੇ ਸ਼ੁਰੂ ਹੋ ਗਏ ਨੇ ਔਰ ਅੱਜ ਜਿਹੜੇ 9 ਅਧਿਕਾਰੀਆਂ ਦੇ ਤਬਾਦਲੇ ਪੋਸਟਿੰਗ ਕੀਤੀ ਗਈ ਆ, ਜਿਸ ਦੇ ਵਿੱਚ 1 PPS ਔਰ 8 IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ। ਦੱਸ ਦਈਏ ਕਿ ਜਲੰਧਰ ਅਤੇ ਲੁਧਿਆਣਾ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਦੇ ਵੀ ਤਬਾਦਲੇ ਹੋਏ ਨੇ। ਲੋਕ ਸਭਾ ਚੋਣਾਂ ਮੁਕੰਮਲ ਹੁੰਦੇ ਸਾਰ ਹੀ ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ। ਪੰਜਾਬ ਸਰਕਾਰ ਦੇ ਵੱਲੋਂ ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਸਮੇਤ ਕੁੱਲ 9 ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ। ਇਹਨਾਂ ਦੇ ਵਿੱਚ 8 IPS ਅਤੇ 1 PPS ਅਫਸਰ ਸ਼ਾਮਲ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਭੁੱਲਰ ਨੂੰ DGP ਆਫਿਸ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਦੀ ਪੋਸਟਿੰਗ ਬਾਰੇ ਵੱਖਰੇ ਤੌਰ 'ਤੇ ਹੁਕਮ ਜਾਰੀ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੁਲਦੀਪ ਸਿੰਘ ਚਾਹਲ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਅਤੇ ਸਵਪਨ ਸ਼ਰਮਾ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਬਦਲੇ ਗਏ ਅਫਸਰਾਂ ਦੇ ਜਿਹੜੇ ਨਾਮ ਨੇ ਉਹਦੀ ਲਿਸਟ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਔਰ ਅੱਜ ਇੱਕ ਵੱਡਾ ਫੇਰਬਦਲ, ਪ੍ਰਸ਼ਾਸਨਿਕ ਫੇਰਬਦਲ ਜਿਹੜਾ ਪੰਜਾਬ ਦੇ ਵਿੱਚ ਹੋਇਆ। ਵੱਧਦੇ ਹਾਂ ਆਪਣੀ ਅਗਲੀ ਖਬਰ ਦੇ ਵੱਲ। ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋਈਆਂ ਨੇ ਔਰ ਉਸ ਤੋਂ ਬਾਅਦ ਪੰਜਾਬ ਦੇ CM ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਅੱਜ ਉਹਨਾਂ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਫਿਰੋਜ਼ਪੁਰ ਅਤੇ ਪਟਿਆਲਾ ਦੇ ਜਿਹੜੇ ਉਮੀਦਵਾਰ ਸੀ ਲੋਕ ਸਭਾ ਦੇ ਉਹਨਾਂ ਨੂੰ ਸੱਦਿਆ ਔਰ ਉਹਨਾਂ ਦੇ ਨਾਲ ਵਿਧਾਇਕਾਂ ਨੂੰ ਸੱਦਿਆ। ਇਸ ਮੌਕੇ ਦੇ ਉੱਤੇ ਉਹਨਾਂ ਨੇ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਪਟਿਆਲਾ ਅਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ ਦੇ ਉਮੀਦਵਾਰ ਅਤੇ ਹਲਕੇ ਦੇ ਵਿਧਾਇਕ ਮੌਜੂਦ ਰਹੇ। ਇਹ ਮੀਟਿੰਗ ਅੱਜ ਦੁਪਹਿਰ 3 ਵਜੇ ਮੁੱਖ ਮੰਤਰੀ ਰਿਹਾਇਸ਼ ਵਿਖੇ ਹੋਈ ਹੈ। ਇਸ ਤੋਂ ਪਹਿਲਾਂ CM ਮਾਨ ਨੇ ਬੀਤੇ ਦਿਨ ਵੀ ਸੰਗਰੂਰ, ਹੁਸ਼ਿਆਰਪੁਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਨਵ ਨਿਯੁਕਤ ਸਾਂਸਦਾਂ, ਵਿਧਾਇਕਾਂ ਅਤੇ ਚੇਅਰਮੈਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਸਾਰਿਆਂ ਨੂੰ ਮੁੜ ਲੋਕ ਸੇਵਾ ਕਰਨ ਨੂੰ ਕਿਹਾ ਅਤੇ ਨਵ ਨਿਯੁਕਤ ਸਾਂਸਦਾਂ ਨੂੰ ਸੰਸਦ ਦੇ ਵਿੱਚ ਪੰਜਾਬ ਦੇ ਹੱਕਾਂ ਦੇ ਉੱਤੇ ਡਟ ਕੇ ਪੈਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਸਿੱਖਿਆ ਖੇਤਰ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ JEE, NEET ਅਤੇ CLAT ਵਰਗੀਆਂ ਪ੍ਰੀਖਿਆਵਾਂ ਦੇ ਲਈ ਮੁਫਤ ਰਿਹਾਇਸ਼ ਕੋਚਿੰਗ ਸ਼ੁਰੂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਹੈ ਇਹ ਕੋਚਿੰਗ 6 ਜੂਨ ਨੂੰ ਰਿਹਾਇਸ਼ੀ ਸਕੂਲ ਫੋਰ ਮੈਰੀਟੋਰੀਅਸ ਸਟੂਡੈਂਟ ਲੁਧਿਆਣਾ ਵਿਖੇ ਸ਼ੁਰੂ ਹੋਵੇਗੀ। ਇਸ ਰਿਹਾਇਸ਼ੀ ਕੋਚਿੰਗ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਕੁੱਲ 750 ਬੱਚੇ ਭਾਗ ਲੈ ਰਹੇ ਨੇ ਅਤੇ 750 ਵਿਦਿਆਰਥੀਆਂ ਦੇ ਵਿੱਚੋਂ 350 ਵਿਦਿਆਰਥੀ JEE ਦੇ ਲਈ ਅਤੇ 250 ਵਿਦਿਆਰਥੀ NEET ਦੇ ਲਈ ਅਤੇ 150 ਵਿਦਿਆਰਥੀ CLAT ਵਰਗੀਆਂ ਪੇਸ਼ੇਵਰ ਪ੍ਰੀਖਿਆਵਾਂ ਦੇ ਲਈ ਮੁਫਤ ਤਿਆਰੀ ਕਰਨਗੇ। ਇਸ ਤੋਂ ਇਲਾਵਾ ਹੋਰ ਵੀ ਕਈ ਅਕੈਡਮੀਆਂ ਦੇ ਵਿੱਚ, ਵੱਡੀਆਂ ਸੰਸਥਾਵਾਂ ਦੇ ਵਿੱਚ ਅਧਿਆਪਕ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਮੁਫਤ ਕੋਚਿੰਗ ਦੇਣਗੇ। ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਗਰੀਬ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਦੇਣ ਦੇ ਲਈ ਇਹ ਵੱਡਾ ਕਦਮ ਚੁੱਕਿਆ ਗਿਆ, ਜਿਸ ਦੇ ਚੱਲਦੇ ਪੰਜਾਬ ਦੇ ਗਰੀਬ ਅਤੇ ਪਛੜੇ ਬੱਚਿਆਂ ਨੂੰ ਕੋਚਿੰਗ ਦਾ ਪਹਿਲਾ ਲਾਭ ਮਿਲੇਗਾ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਰਿਹਾਇਸ਼ੀ ਕੋਚਿੰਗ ਰਾਹੀਂ ਦੇਸ਼ ਦੇ ਚੋਟੀ ਦੇ ਕਾਲਜਾਂ ਦੇ ਲਈ ਤਿਆਰੀ ਕਰਨ ਨੂੰ ਮਿਲੇਗੀ। ਇਹਨਾਂ ਕੋਚਿੰਗ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਇਮਤਿਹਾਨ ਪਾਸ ਕਰਨ ਦੇ ਨਾਲ ਨਾਲ ਆਤਮ ਵਿਸ਼ਵਾਸ ਵਧਾਉਣ ਦੇ ਧਿਆਨ ਦੇ ਵੀ ਜ਼ੋਰ ਦਿੱਤਾ ਜਾਵੇਗਾ। ਇਹਨਾਂ ਪੇਸ਼ੇਵਰ ਪ੍ਰੀਖਿਆਵਾਂ ਦੇ ਲਈ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਨੋਵਿਗਿਆਨਿਕ ਤੌਰ 'ਤੇ ਤਿਆਰ ਕਰਨ 'ਤੇ ਵੀ ਜ਼ੋਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਇਸ ਕਦਮ ਦੇ ਨਾਲ ਪ੍ਰਾਈਵੇਟ ਕੋਚਿੰਗ ਸੈਂਟਰਾਂ ਦੀਆਂ ਮਹਿੰਗੀਆਂ ਫੀਸਾਂ ਤੋਂ ਵੀ ਮਾਪਿਆਂ ਨੂੰ ਰਾਹਤ ਜ਼ਰੂਰ ਮਿਲੇਗੀ। ਪਿਛਲੇ ਸਾਲ ਇਸ ਪ੍ਰੋਜੈਕਟ ਦੇ ਤਹਿਤ ਸਰਦੀਆਂ ਦੇ ਕੈਂਪ ਰਾਹੀਂ ਬੱਚਿਆਂ ਨੂੰ ਮੁਫਤ ਅਤੇ ਰਿਹਾਇਸ਼ੀ ਕੋਚਿੰਗ ਸ਼ੁਰੂ ਕੀਤੀ ਗਈ ਸੀ।
ਸੀਐਮ ਭਗਵੰਤ ਮਾਨ ਨੇ ਅੱਜ ਇੱਕ ਹੋਰ ਮੀਟਿੰਗ ਕੀਤੀ ਜਿਸ ਦੇ ਵਿੱਚ ਉਹ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ, ਕਿਉਂਕਿ ਚੋਣਾਂ ਦੇ ਦਰਮਿਆਨ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੀਆਂ ਐਸੀਆਂ ਅਫਵਾਹਾਂ ਫੈਲੀਆਂ ਸੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਹੜੇ ਰਾਸ਼ਨ ਕਾਰਡ ਨੇ ਉਹ ਕੱਟੇ ਜਾ ਰਹੇ ਨੇ। ਹਾਲਾਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੀਆਂ ਰੈਲੀਆਂ ਦੇ ਦੌਰਾਨ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਸੀ ਕਿ ਸਰਕਾਰ ਦੇ ਵੱਲੋਂ ਕੋਈ ਵੀ ਰਾਸ਼ਨ ਕਾਰਡ ਜਿਹੜਾ ਉਹ ਨਹੀਂ ਕੱਟਿਆ ਜਾ ਰਿਹਾ। ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਅੱਜ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ, ਰਾਸ਼ਨ ਕਾਰਡਾਂ ਦੇ ਮਾਮਲੇ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਕਿਉਂਕਿ ਇਹ ਚਰਚਾ ਇਸ ਕਰਕੇ ਕਰਨੀ ਬੜੀ ਜ਼ਰੂਰੀ ਸੀ ਕਿਉਂਕਿ ਜੋ ਅਫਵਾਹਾਂ ਪਿਛਲੇ ਸਮੇਂ ਦੇ ਵਿੱਚ ਫੈਲੀਆਂ ਸੀ ਉਸ ਦੇ ਉੱਤੇ ਵੀ ਸਰਕਾਰ ਜਿਹੜਾ ਲੋਕਾਂ ਦਾ ਧਿਆਨ ਲਿਆਉਣਾ ਚਾਹੁੰਦੀ ਸੀ ਕਿ ਇਸ ਤਰੀਕੇ ਦੀ ਕੋਈ ਵੀ ਜਿਹੜੀ ਅਫਵਾਹ ਉਹ ਨਾ ਫੈਲਾਈ ਜਾਏ, ਕਿਉਂਕਿ ਸਰਕਾਰ ਨੇ ਕੋਈ ਵੀ ਕਾਰਡ ਨਹੀਂ ਕੱਟਿਆ, ਸਰਕਾਰ ਨੇ ਕੋਈ ਵੀ ਰਾਸ਼ਨ ਕਾਰਡ ਨਹੀਂ ਕੱਟਿਆ। ਔਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਝੂਠੀਆਂ ਅਫਵਾਹਾਂ ਤੋਂ ਲੋਕਾਂ ਨੂੰ ਵੀ ਬਚਣ ਦੀ ਜ਼ਰੂਰਤ ਹੈ। ਪੰਜਾਬ ਦੇ ਵਿੱਚ ਵੱਧ ਰਹੀ ਗਰਮੀ ਨੇ, ਪਿਛਲੇ ਕੁਝ ਦਿਨਾਂ ਦੇ ਵਿੱਚ ਪਏ ਬਾਰਿਸ਼ ਨੇ ਚਾਹੇ ਰਾਹਤ ਜ਼ਰੂਰ ਦਿੱਤੀ ਹੈ, ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਿਰ ਤੋਂ ਇੱਕ ਵਾਰੀ ਗਰਮੀ ਦਾ ਜਿਹੜਾ ਪ੍ਰਕੋਪ ਹੈ ਉਹ ਪੰਜਾਬੀਆਂ ਨੂੰ ਝੱਲਣਾ ਪੈ ਸਕਦਾ ਹੈ, ਜਿਸ ਨੂੰ ਲੈ ਕੇ PAU ਮੌਸਮ ਵਿਭਾਗ ਦੇ ਮਾਹਿਰਾਂ ਦੇ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ। ਮੌਸਮ ਵਿਭਾਗ ਦੇ ਮਾਹਰ ਡਾਕਟਰ ਪਵਨੀਤ ਕੌਰ ਕਿੰਗੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹੀਟ ਵੇਵ ਚੱਲਣ ਦੀ ਸੰਭਾਵਨਾ ਹੈ, ਇਸ ਦੇ ਲਈ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ। ਜੀ, ਅਸੀਂ ਪਿਛਲੇ ਇੱਕ ਦੋ ਦਿਨਾਂ ਤੋਂ ਦੇਖ ਰਹੇ ਹਾਂ ਕਿ ਕਾਫੀ ਥਾਵਾਂ 'ਤੇ ਪੰਜਾਬ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਚੱਲੀਆਂ ਨੇ ਔਰ ਗਰਜ ਚਮਕ ਹੋਈ ਆ, ਔਰ ਇਹਦੇ ਤੋਂ ਬਿਨਾਂ ਹਲਕੀ ਬਾਰਿਸ਼ ਜਾਂ ਛਿੱਟੇ ਵੀ ਕਿਤੇ ਕਿਤੇ ਪਿਛਲੇ ਦਿਨਾਂ ਦੇ ਵਿੱਚ ਪਏ ਨੇ। ਅੱਜ ਵੀ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਗਰਜ ਚਮਕ ਹੋ ਸਕਦੀ ਹੈ, ਪਰ ਕੱਲ੍ਹ ਤੋਂ ਫਿਰ ਥੋੜ੍ਹੀਆਂ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੀਡਿਕਸ਼ਨ ਹੈ, ਔਰ ਇਹਦੇ ਵਾਸਤੇ IMD ਵੱਲੋਂ ਯੈਲੋ ਅਲਰਟ ਹੈ ਜੋ ਉਹ ਵੀ ਜਾਰੀ ਕੀਤਾ ਗਿਆ ਹੈ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੌਸਮ ਦੇ ਵਿੱਚ ਜਿਹੜੀ ਆ ਨਮੀ ਰਹੂਗੀ ਜਾਂ ਲੋਕਾਂ ਨੂੰ ਜਿਹੜੀ ਰਾਹਤ ਮਿਲਦੀ ਜੀ, ਹੁਣ ਕਿਉਂਕਿ ਜਿਹੜਾ ਮੌਸਮ ਦੇ ਵਿੱਚ ਚੇਂਜ ਹੋਈ ਸੀ ਉਹਦੇ ਕਰਕੇ 2-3 ਦਿਨ ਜ਼ਰੂਰ ਸਾਰਿਆਂ ਨੂੰ ਰਿਲੀਫ ਮਿਲਿਆ, ਬਟ ਕੱਲ੍ਹ ਤੋਂ ਫਿਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਮੋਇਸਚਰ ਵੀ ਹਵਾ ਦੇ ਵਿੱਚ ਵਧਣ ਦੇ ਚਾਂਸਿਸ ਨੇ, ਸੋ ਉਹਦੇ ਨਾਲ ਥੋੜ੍ਹੀਆਂ ਅਨਕੰਫਰਟੇਬਲ ਕੰਡੀਸ਼ਨਸ ਹਿਊਮਿਡਿਟੀ ਵਧਣ ਕਰਕੇ ਵੀ ਹੋ ਸਕਦੀਆਂ ਨੇ। ਲੋਕਾਂ ਨੂੰ ਇਹੀ ਸਲਾਹ ਦੇਵਾਂਗੇ ਜੀ ਕਿ ਡਾਇਰੈਕਟ ਐਕਸਪੋਜਰ ਅਵੋਇਡ ਕਰੋ, ਘਰਾਂ ਤੋਂ ਬਾਹਰ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਗਰੇਜ਼ ਕਰੋ, ਔਰ ਹੈਲਦੀ ਡਾਇਟ ਲਓ, ਨਿਊਟ੍ਰੀਸ਼ੀਅਸ ਡਾਇਟ ਲਓ, ਵੱਧ ਤੋਂ ਵੱਧ ਲਿਕੁਇਡਸ ਲਓ, ਬੋਡੀ ਨੂੰ ਹਾਈਡਰੇਟਿਡ ਰੱਖੋ, ਔਰ ਜਦੋਂ ਵੀ ਬਾਹਰ ਜਾਂਦੇ ਹੋ ਆਪਦਾ ਸਿਰ ਔਰ ਬਾਕੀ ਬੋਡੀ ਪਾਰਟਸ ਜਿਹੜੇ ਉਹ ਕਵਰਡ ਰੱਖੋ ਤਾਂ ਕਿ ਹੀਟ ਸਟ੍ਰੈਸ ਦਾ ਸਿਹਤ 'ਤੇ ਕੋਈ ਨੁਕਸਾਨ ਨਾ ਹੋ ਸਕੇ। ਲੱਗਦਾ ਕਿ ਜਿਸ ਤਰ੍ਹਾਂ ਮੈਮ ਜਿਹੜਾ ਮੌਸਮ ਨੇ ਇੱਕਦਮ ਬਦਲ ਰਿਹਾ, ਮੌਸਮ ਨੂੰ ਜਿਹੜਾ ਲੋਕਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਕਦੇ ਤਾਪਮਾਨ ਗਿਰਦਾ ਕਦੇ ਵੱਧਦਾ ਜਾਂਦਾ। ਬਿਲਕੁਲ ਜੀ, ਕਿਉਂਕਿ ਵੈਦਰ ਦੇ ਵਿੱਚ ਵੇਰੀਏਬਿਲਿਟੀ ਕਾਫੀ ਜ਼ਿਆਦਾ ਹੈਗੀ ਹੈ, ਪਿਛਲੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਵੇਰੀਏਬਿਲਿਟੀ ਵਧੀ ਹੋਈ ਆ, ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਦੋਂ ਇਹ ਵੇਰੀਏਬਲ ਕੰਡੀਸ਼ਨਸ ਹੁੰਦੀਆਂ ਨੇ ਇਹਨਾਂ ਦੇ ਹੈਲਥ ਇੰਪੈਕਟਸ ਬਹੁਤ ਹੋ ਜਾਂਦੇ ਨੇ, ਸੋ ਸਾਰਿਆਂ ਨੂੰ ਇਹਦਾ ਬਹੁਤ ਧਿਆਨ ਰੱਖਣਾ ਚਾਹੀਦਾ, ਔਰ ਜਿਹੜੇ ਲਿਕੁਇਡਸ ਵੱਧ ਤੋਂ ਵੱਧ ਲੈਣੇ ਚਾਹੀਦੇ ਔਰ ਹੈਲਦੀ ਡਾਇਟ ਲੈਣੀ ਚਾਹੀਦੀ ਹੈ। ਫਾਰਮਰਸ ਨੂੰ ਵੀ ਅਸੀਂ ਇਹੀ ਸਲਾਹ ਦੇ ਰਹੇ ਹਾਂ ਜੀ ਪਹਿਲਾਂ ਵੀ ਕਿ ਜਿਹੜੀਆਂ ਉਹਨਾਂ ਨੇ ਅੱਜ ਕੱਲ੍ਹ ਫਸਲਾਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਜਿਹੜਾ ਟਾਈਮ ਟੂ ਟਾਈਮ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਦਿੰਦੇ ਰਹਿਣ ਤਾਂ ਕਿ ਹੀਟ ਸਟ੍ਰੈਸ ਦਾ ਕ੍ਰੋਪਸ 'ਤੇ ਕੋਈ ਇਫੈਕਟ ਨਾ ਹੋ ਸਕੇ। ਜੀ, ਇਸ ਵਾਰੀ ਅਸੀਂ ਦੇਖਿਆ ਕਿ ਹੀਟ ਵੇਵ ਕੰਡੀਸ਼ਨਸ ਦਾ ਡਿਊਰੇਸ਼ਨ ਜਿਹੜਾ ਕਾਫੀ ਲੰਬਾ ਚਲੇ ਗਿਆ, ਕਿਉਂਕਿ 15 ਮਈ ਤੋਂ ਲੈ ਕੇ 5 ਜੂਨ ਦੇ ਤੱਕ ਟੈਂਪਰੇਚਰ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40°C ਤੋਂ ਉੱਪਰ ਰਿਕਾਰਡ ਕੀਤਾ ਗਿਆ, ਸੋ ਇਹ ਡਿਊਰੇਸ਼ਨ ਜੇ ਅਸੀਂ ਦੇਖੀਏ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇੰਨਾ ਲੰਬਾ ਡਿਊਰੇਸ਼ਨ ਹੀਟ ਸਪੈਲ ਦਾ ਨਹੀਂ ਸੀ ਗਿਆ ਜੋ ਇਸ ਵਾਰੀ ਹੋਇਆ।
ਅੱਜ ਇੱਕ ਮੰਦਭਾਗੀ ਖਬਰ ਨਾਭਾ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸਦੇ ਘਰ ਅੰਦਰ ਦਾਖਲ ਹੋ ਕੇ ਉਸਦਾ ਕਤਲ ਕਰ ਦਿੱਤਾ ਗਿਆ। ਦਰਅਸਲ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਖਰੋੜ ਵਿਖੇ 32 ਸਾਲਾ ਨੌਜਵਾਨ ਜਗਦੇਵ ਸਿੰਘ ਉਰਫ ਗੋਰਾ ਦਾ ਘਰ ਦੇ ਅੰਦਰ ਹੀ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਦੀ ਵਾਰਦਾਤ ਨੂੰ ਰਾਤ ਨੂੰ ਅੰਜਾਮ ਦਿੱਤਾ ਗਿਆ। ਤੜਕਸਾਰ ਹੀ ਜਦੋਂ ਘਰਦਿਆਂ ਨੂੰ ਆਪਣੇ ਪੁੱਤ ਦੀ ਖੂਨ ਦੇ ਨਾਲ ਲੱਥਪੱਥ ਲਾਸ਼ ਦੇਖੀ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਉੱਥੇ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਛਾਣਬੀਣ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ। ਅੰਗਰੇਜ਼ ਸਿੰਘ ਜੀ ਜਿਹੜੇ ਇਹ ਕੀ ਦੀ ਜਿਹੜਾ ਹੈਗਾ ਮਰਡਰ ਕੀਤਾ, ਕੀ ਕਾਰਨ ਹੈ ਇਹਦੇ ਵਿੱਚ? ਕੁਝ ਨਹੀਂ ਪਤਾ ਜੀ ਆਪਾਂ ਨਾ ਜੀ। ਤੁਹਾਡੇ ਕੀ ਲੱਗਦੇ ਸੀ? ਮੇਰੇ ਜੀ ਸਾਲਾ ਦੀ ਜੀ। ਅੱਛਾ ਜੀ, ਕਾਰਨ ਕੁਝ ਪਤਾ ਨਹੀਂ ਲੱਗਿਆ? ਨਹੀਂ, ਕਾਰਨ ਕੁਝ ਨਹੀਂ ਪਤਾ ਲੱਗਿਆ। ਤੁਹਾਨੂੰ ਕਿਸ ਟਾਈਮ ਪਤਾ ਲੱਗਿਆ? ਸਾਨੂੰ 6:30 ਵਜੇ ਪਤਾ ਲੱਗਿਆ। ਕਿਹਨੇ ਕਰਕੇ ਦੱਸਿਆ? ਇਹਨਾਂ ਦੇ ਘਰਦਿਆਂ ਤੋਂ ਫੋਨ ਆਇਆ। ਅੱਛਾ ਜੀ, ਇਸ ਤਰ੍ਹਾਂ ਦੇ ਹਾਲਾਤ ਤੇ ਜਾਂ ਮੌਕੇ ਤੇ ਦੇਖਿਆ ਕਿਤੇ ਇਹ ਘਟਨਾ ਨੂੰ ਅੰਜਾਮ ਦਿੱਤਾ? ਤੁਹਾਡੇ ਸਾਹਮਣੇ, ਇਹਨਾਂ ਦੇ ਸਾਹਮਣੇ ਪਤਾ ਹੀ ਨਹੀਂ ਲੱਗਿਆ ਜੀ ਕੁਛ ਵੀ। ਤੁਸੀਂ ਆ ਕੇ ਕੀ ਦੇਖਿਆ? ਬੋਡੀ ਕਿੱਥੇ ਪਈ ਸੀ? ਬਸ ਇਹ ਵਿਹੜੇ ਦੇ ਵਿੱਚ ਮੰਜੇ ਦੇ ਪਿਆ ਦੀ, ਜਿਵੇਂ ਆਪਾਂ ਲਿਆਂਦਾ ਬਾਹਰ ਵਿਹੜਾ, ਬਾਹਰ ਪਿਆ ਦੀ। ਕਿੱਥੇ ਕਿੱਥੇ ਜਿਹੜੇ ਹੈਗਾ ਨਿਸ਼ਾਨ ਨੇ? ਸੱਟਾਂ ਦੇ ਬਾਹਾਂ 'ਤੇ ਨਿਸ਼ਾਨ ਨੇ ਜੀ, ਇੱਥੇ ਆ ਅਤੇ ਉਰੇ ਆ, ਚਿਹਰੇ 'ਤੇ ਆ ਸਾਰੇ। ਇਹਦਾ ਮਰਡਰ ਕੀਤਾ ਹੋਇਆ? ਹਾਂਜੀ, ਇਹ ਮਰਡਰ ਕੀਤਾ ਹੋਇਆ ਜੀ। ਕੀ ਨਾਮ ਹੈ ਇਹਦਾ ਮੁੰਡੇ? ਇਹਦਾ ਨਾਂ ਜਗਦੇਵ ਸਿੰਘ ਗੋਰਾ ਵੀ ਕਹਿੰਦੇ ਨੇ, ਕੱਚਾ ਨਾਂ। ਕੰਮ ਕਾਰ ਕੀ ਕਰਦਾ ਸੀ? ਕੰਮ ਕਾਰ ਇਹ ਫੋਰਮੈਨ ਅਤੇ ਇੱਕ ਪੈਨਾਂ ਦੇ। ਹੁਣ ਤੁਸੀਂ ਕੀ ਮੰਗ ਕਰਦੇ ਹੋ ਬਤੌਰ? ਹੁਣ ਆਪਾਂ ਤਾਂ ਇਹੀ ਮੰਗ ਕਰਦੇ ਹਾਂ ਭਾਈ, ਪਤਾ ਕੀਤਾ ਜਾਵੇ, ਕਾਰਵਾਈ ਕਰੀ ਕੀਤੀ ਜਾਵੇ। ਹਾਂਜੀ, ਕੋਈ ਕੋਈ ਰੰਜਿਸ਼ ਵਗੈਰਾ ਤਾਂ ਨਹੀਂ, ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ? ਨਹੀਂ ਜੀ, ਇੱਦਾਂ ਦਾ ਕੋਈ ਹੈ ਨਹੀਂ। ਅਸੀਂ ਕੀ ਲੱਗਦੇ ਜੋ ਤੁਹਾਡੇ ਜਿਹੜੇ ਸਾਡੇ ਸਾਲੇ ਦਾ ਮੁੰਡਾ ਲੱਗਦਾ ਸੀ? ਹਾਂਜੀ, ਕੀ ਦੇਖਿਆ ਤੁਸੀਂ? ਅਸੀਂ ਕੀ ਦੇਖਣਾ ਜੀ, ਮਾਤਾ ਸਾਡੇ ਕੋਲ ਪੈਂਦੀ ਨਹੀਂ, ਵਿਚਾਰੀ ਆ ਕੇ ਪੈ ਜਾਂਦੀ ਸੀ। ਉਹ ਸਵੇਰੇ ਸਾਡੇ ਕੋਲ 5 ਵਜੇ ਉੱਠ ਕੇ ਗਈ ਆ, ਜਾ ਕੇ ਜਾਂ ਉਹਨੇ ਬਾਹਰ ਦੇਖਿਆ ਖੁੱਲ੍ਹਾ ਸੀ, ਆ ਕੇ ਉਹਨੇ ਰੌਲਾ ਪਾਇਆ, ਕਹਿੰਦੀ ਗੋਰਾ ਮਾਰਤਾ। ਕਿਸੇ ਨਾਲ ਕੋਈ ਰੰਜਿਸ਼? ਨਹੀਂ ਨਹੀਂ, ਕਿਸੇ ਨਾਲ ਕੋਈ ਰੰਜਿਸ਼। ਅਸੀਂ ਤਾਂ ਦੇਖਿਆ ਜੀ, ਮੰਜੇ 'ਤੇ ਪੇ ਦੇਖਿਆ ਜਾ ਕੇ। ਕਿੱਥੇ ਕਿੱਥੇ ਸੱਟਾਂ? ਸੱਟਾਂ ਜਾਂ ਮੂੰਹ 'ਤੇ ਨੇ ਜੀ, ਜਾਂ ਬਾਂਹ 'ਤੇ ਆ। ਕੀ ਲੱਗਦਾ ਵੀ ਘੱਟੋ ਘੱਟ 2-3 ਜਣੇ ਦਾ ਕੰਮ ਹੋ ਜਿਹੜਾ? ਮੰਜੇ ਤਾਂ ਕੰਮ ਤਾਂ ਜੀ ਕਈ ਬੰਦੇ, 4-5 ਬੰਦਿਆਂ ਦਾ ਕੰਮ, ਇਕੱਲੇ ਕਲਾਪੇ ਦਾ ਕੰਮ ਥੋੜ੍ਹਾ, ਇਕੱਲੇ 1-2 ਬੰਦੇ ਨੂੰ ਤਾਂ ਉਹ ਲਵੇਂ 'ਚ ਲੱਗਣ ਦਿੰਦਾ। ਇਨਸਾਫ ਹੋਣਾ ਚਾਹੀਦਾ, ਇਨਸਾਫ ਦੀ ਮੰਗ ਚਾਹੁੰਦੇ। ਮੇਰਾ ਨਾਮ ਮਨਜੀਤ ਸਿੰਘ ਹੈ ਜੀ। ਸਿੰਘ, ਜਿਹੜਾ ਇਹ ਤੁਹਾਡੇ ਪਿੰਡ ਵਾਕਿਆ ਹੋਇਆ ਮਰਡਰ ਦਾ ਪਤਾ ਲੱਗਿਆ ਕੁਛ? ਨਹੀਂ, ਹਜੇ ਤੱਕ ਤਾਂ ਕੁਛ ਨਹੀਂ ਪਤਾ ਲੱਗਿਆ ਜੀ। ਘਰ ਹੀ ਪਿਆ ਸੀ ਬਾਹਰ ਮੰਜੇ 'ਤੇ ਪਏ ਦੀ, ਸਵੇਰੇ ਮਾਤਾ ਨੂੰ ਇਹਦੀ ਨੂੰ ਪਤਾ ਲੱਗਿਆ ਜੀ। ਅਤੇ ਇੱਥੇ ਆਹ ਚੀਜ਼ 'ਚ ਸੱਟਾਂ ਲੱਗੀਆਂ ਹੋਈਆਂ ਨੇ ਜੀ, ਜਿਵੇਂ ਕੋਈ ਟਾਕੂ ਵਗੈਰਾ ਜਾਂ ਕੋਈ ਤੇਜ਼ ਹਥਿਆਰ ਨਾਲ ਮਾਰਿਆ। ਹਾਂ, ਮਰਡਰ ਹੈ ਜੀ। ਮੈਂ ਤਾਂ ਇਹਦੀ ਮਾਤਾ ਦਾ ਹੀ ਘਰ ਸੁਨੇਹਾ ਆਇਆ ਜੀ, ਜਦੋਂ ਮੈਂ ਸਵੇਰੇ ਗਿਆ 6:30 ਵਜੇ। ਉਸ ਟਾਈਮ ਜਾਂਦੇ ਜਦੋਂ ਦੇਖਿਆ ਇਹ ਗੇਟ ਸਾਰੇ ਖੁੱਲ੍ਹੇ ਸੀ ਅਤੇ ਕੂਲਰ ਲੱਗਿਆ ਵਾ ਦੀ, ਅਤੇ ਪਿਆ ਦੀ ਬਸ, ਸਾਰਾ ਖੂਨ ਇਹਦਾ ਨੀਚੇ ਨੁਚੜਿਆ ਪਿਆ ਦੀ ਮੰਜੇ ਥੱਲੇ। ਇਹ ਜੀ, ਸਾਨੂੰ ਸਵੇਰੇ ਕਿਸੇ ਵਿਅਕਤੀ ਰਾਹੀਂ ਸੂਚਨਾ ਮਿਲੀ ਸੀ ਫੋਨ 'ਤੇ ਵੀ ਇੱਦਾਂ ਦਾ ਕਰਕੇ ਦੰਦਰਾਲਾ ਖਰੋੜ ਦੇ ਵਿੱਚ ਕੋਈ ਮਰਡਰ ਹੋਇਆ ਕਿਸੇ ਨੌਜਵਾਨ ਦਾ। ਮੈਂ ਮੌਕਾ 'ਤੇ ਤੁਰੰਤ ਪਹੁੰਚ ਕੇ, ਸਾਡੀ ਪੁਲਿਸ ਪਾਰਟੀ, ਅਸੀਂ ਦੇਖਿਆ ਕਿ ਉਸ ਨੌਜਵਾਨ ਦੀ ਵਿਹੜੇ ਵਿੱਚ ਕਿਸੇ ਨਾਮ ਨੂੰ ਵਿਅਕਤੀਆਂ ਵੱਲੋਂ ਕੋਈ ਹਥਿਆਰਾਂ ਨਾਲ ਮਾਰ ਕੇ ਡੂੰਘੇ ਜ਼ਖਮ ਕਰਕੇ ਮਰਡਰ ਕੀਤਾ ਹੋਇਆ ਸੀ।
ਅਤੇ ਉਸ ਤੋਂ ਬਾਅਦ 'ਚ ਅਸੀਂ ਸਾਰਾ ਆਲਾ ਦੁਆਲਾ ਦੇਖਿਆ ਜੀ, ਸਾਡੇ ਅਫਸਰ ਸਾਹਿਬਾਨ, ਮਾਨਯੋਗ ਐੱਸ ਐੱਸ ਪੀ ਸਾਹਿਬ, ਮਾਨਯੋਗ ਐੱਸ ਪੀ ਡੀ ਸਾਹਿਬ, ਡੀ ਐੱਸ ਪੀ ਸਾਹਿਬ ਨਾਭਾ ਜੀ ਦੇ ਧਿਆਨ 'ਚ ਲੈਂਦਾ, ਜੋ ਸਾਡੇ ਸਾਰੇ ਅਫਸਰ ਸਾਹਿਬਾਨ ਵੀ ਮੌਕੇ 'ਤੇ ਆਏ, ਅਤੇ ਸਾਡੀ ਸੀ ਆਈ ਏ ਟੀਮ ਇੰਸਪੈਕਟਰ ਸੁਮਿੰਦਰ ਸਿੰਘ ਜੀ ਇੰਚਾਰਜ ਸਾਹਿਬ ਲੈ ਕੇ ਆਏ, ਅਤੇ ਅਸੀਂ ਨੇ ਸਾਰਾ ਵਾਚਿਆ ਸਾਰੇ, ਹੁਣ ਅਸੀਂ ਕੈਮਰੇ ਖੰਘਾਲ ਰਹੇ ਹਾਂ ਵੀ ਇਹਨੂੰ ਹਰ ਪੱਖੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਸੰਬੰਧ ਵਿੱਚ ਜੋ ਮ੍ਰਿਤਕ ਜਗਦੇਵ ਸਿੰਘ ਹੈ, ਉਸ ਦੀ ਮਾਤਾ ਮਹਿੰਦਰ ਕੌਰ ਦੇ ਬਿਆਨ 'ਤੇ ਮੁਕੱਦਮਾ ਨੰਬਰ 62 ਮਿਤੀ 6/7/6/24 ਅੰਡਰ ਸੈਕਸ਼ਨ 302 IPC ਥਾਣਾ ਭਾਦਸੋਂ ਦਰਜ ਰਜਿਸਟਰ ਕੀਤਾ ਹੈ। ਜਲੰਧਰ ਦੇ ਵਿੱਚ ਵੀ ਲੁੱਟ ਖੋਹ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਆਏ ਦਿਨ ਵੱਧਦੀਆਂ ਜਾ ਰਹੀਆਂ ਨੇ ਔਰ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਲੰਧਰ ਦੇ ਵਿੱਚ ਵੀ ਲੁੱਟ ਖੋਹ ਦੀਆਂ ਘਟਨਾਵਾਂ ਹੁਣ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਆਬਾਦਪੁਰਾ ਦੇ ਵਿੱਚ ਬਾਈਕ ਸਵਾਰ 3 ਲੁਟੇਰੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ। ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਔਰਤਾਂ ਦੀਆਂ ਵਾਲੀਆਂ ਖੋਹੀਆਂ ਗਈਆਂ ਜਾਂ ਫਿਰ ਲੜਕੇ ਜਾਂ ਲੜਕੀਆਂ ਤੋਂ ਜਾਂਦੇ ਹੋਏ ਰਸਤੇ ਦੇ ਵਿੱਚੋਂ ਮੋਬਾਈਲ ਖੋਹਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਉੱਥੇ ਜਦੋਂ ਆਹ ਘਟਨਾ ਸਾਹਮਣੇ ਆਈ ਹੈ ਤਾਂ ਉੱਥੇ ਹੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਤਫਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ। ਇੱਕ ਐਸੀ ਹੀ ਲੁੱਟਖੋਹ ਦੀ ਘਟਨਾ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਦੇ ਜਿਹੜੇ ਲੋਕ ਸੀ ਉਹ ਬੜੇ ਜਾਗਰੂਕ ਨਜ਼ਰ ਆਏ। ਲੋਕਾਂ ਨੇ ਉਸ ਚੋਰ ਨੂੰ, ਨੌਜਵਾਨ ਨੂੰ ਦੁਕਾਨ ਦੇ ਅੰਦਰ ਕਾਬੂ ਕਰ ਲਿਆ, ਜਿਹੜਾ ਚੋਰੀ ਕਰਨ ਆਇਆ ਸੀ ਉਸ ਨੂੰ ਘਰ ਦੇ ਅੰਦਰ ਬੰਦ ਕਰ ਲਿਆ। ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਚੋਰ ਵੱਲੋਂ ਕੱਪੜੇ ਚੋਰੀ ਕਰਨ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪਖਦਾ ਹੋਇਆ ਹੁਣ ਨਜ਼ਰ ਆ ਰਿਹਾ। ਪਰ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਚੋਰਾਂ ਦੇ ਉੱਪਰ ਨਕੇਲ ਕੱਸਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਖ਼ਤ ਵਿਉਂਤਬੰਦੀ ਬਣਾਈ ਜਾਵੇਗੀ। ਬਈ, ਮੇਰਾ ਨਾਮ ਦੀਪਕ ਸ਼ਰਮਾ ਵਾ, ਮੇਰੀ ਦੁਕਾਨ ਆ ਗੀਤਾ ਭਵਨ ਰੋਡ, ਗੀਤਾ ਭਵਨ ਮੰਦਿਰ ਦੇ ਲਾਗੇ, ਟ੍ਰੈਂਡਸ ਨਾਮ ਆ ਮੇਰੀ ਦੁਕਾਨ ਦਾ। ਇੱਕ ਚੋਰ ਕਿੱਦਾਂ ਫੜਿਆ ਗਿਆ ਇਹ? ਭਾਈ, ਮੇਰੇ ਕੋਲ ਨਾ ਕਾਫੀ ਦਿਨਾਂ ਤੋਂ ਆ ਰਿਹਾ ਵਾ, ਇੱਕ ਦਿਨ ਪਹਿਲਾਂ ਮੇਰੇ ਕੋਲ ਆਇਆ ਸੀ ਇਹ ਪੈਂਟ ਲੈਣ ਦੇ ਬਹਾਨੇ, ਅਤੇ ਮੈਨੂੰ ਪੈਂਟ ਦੇਖੀ ਇਹਨੇ, ਮੈਨੂੰ ਕਹਿੰਦਾ ਭਾਈ ਮੈਨੂੰ ਨਾ, ਮੈਂ ਕਿਸੇ ਕੋਲ ਕੰਮ ਕਰਦਾ, ਮੈਨੂੰ ਆਪਣਾ ਫੋਨਪੇ ਨੰਬਰ ਦੇ ਦਿਓ, ਮੈਂ ਤੁਹਾਡੇ ਅਕਾਊਂਟ 'ਚ ਨਾ ਪੈਸੇ ਪਾ ਦਾਂਗਾ। ਇਸ ਤਰ੍ਹਾਂ ਕਰਕੇ ਮੇਰੇ ਕੋਲ ਨੰਬਰ ਲੈ ਗਿਆ, ਪਰ ਮੇਰੇ ਕੋਲ ਡੇਲੀ ਇਹ ਆਉਂਦਾ ਰਿਹਾ ਵਾ, ਦੋ ਟਾਈਮ ਵੀ ਆਉਂਦਾ ਰਿਹਾ ਭਾਈ ਆਏ ਪੈਸੇ, ਮੈਂ ਆਪਣੇ ਬਾਊ ਕੋਲ ਪੈਸੇ ਪਵਾਇਆ ਆਏ ਪੈਸੇ, ਜਾਂ ਫਿਰ ਇਹ ਆਉਂਦਾ ਰਿਹਾ ਭਾਈ ਮੈਂ ਕਿਸੇ ਮੁੰਡੇ ਕੋਲ ਪੈਸੇ ਲੈਣੇ ਆ, ਮੈਂ ਉਹਨੂੰ ਮੁੰਡੇ ਨੂੰ ਬੁਲਾਇਆ ਵਾ ਇੱਥੇ ਦੁਕਾਨ ਤੁਹਾਡੀ ਦੇ ਐਡਰੈਸ ਦਿੱਤੇ ਦਾ ਵਾ, ਅਤੇ ਇੱਦਾਂ ਇਹ ਆਉਂਦਾ ਰਿਹਾ, ਅਤੇ ਇੱਦਾਂ ਆਉਂਦਾ ਰਿਹਾ, ਮੇਰੇ ਕੋਲ ਕਸਟਮਰ ਹੁੰਦੇ ਰਹੇ ਆ, ਮੈਂ ਇਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਰਿਹਾ, ਇਹ ਮੇਰੀ ਦੁਕਾਨ ਤੋਂ ਨਾ ਰੋਜ਼ ਕੱਪੜੇ ਲੈ ਜਾਂਦਾ ਰਿਹਾ ਚੋਰੀ ਕਰਕੇ। ਹੁਣ ਤੱਕ ਕਿੰਨੀਆਂ ਪੈਂਟਾਂ ਖੜੀਆਂ, ਭਾਈ ਕੋਈ ਹਿਸਾਬ ਨਹੀਂ ਆ, ਦੇਖੋ ਤੁਹਾਡੇ ਸਾਹਮਣੇ ਆ, ਤੁਸੀਂ ਕੈਮਰਾ ਇੱਧਰ ਘੁਮਾ ਲਓ, ਮੇਰੇ ਸਾਨੂੰ ਘੱਟੋ ਘੱਟ ਵੀ 30-40 ਹਜ਼ਾਰ ਦਾ ਮਾਲ ਹੈ ਮੇਰੇ ਸਾਨੂੰ ਲੈ ਕੇ ਦਾ ਜੇ। ਕਿੰਨੀ ਵਾਰੀ ਆ ਕੇ ਲੈ ਗਿਆ ਇਹ? ਘੱਟੋ ਘੱਟ ਵੀ ਭਾਈ 20 ਤਰੀਕ ਤੋਂ ਆ ਰਿਹਾ ਜੇ, ਅਤੇ ਅੱਜ 6-7 ਤਰੀਕ ਹੋ ਗਈ ਆ, ਇਹ 2 ਫੇਰੇ ਵੀ ਆਉਂਦਾ ਜੇ, ਇਹ ਤਕਰੀਬਨ ਉਦੋਂ ਆਉਂਦਾ ਜਦੋਂ ਮੈਂ ਦੁਕਾਨ 'ਤੇ ਨਹੀਂ ਹੋਵਾਂ, ਇਹਨੂੰ ਪਤਾ ਜਦੋਂ ਖਾਣਾ ਖਾਣ ਗਏ ਆ, ਜਾਂ ਜਦੋਂ ਮਤਲਬ ਝਾੜੂ ਪੋਚਾ ਕਰਕੇ ਮੈਂ ਨਹਾਉਣ ਨੂੰ ਜਾਂਦਾ ਧੂਪਬੱਤੀ ਕਰਨ ਤੋਂ ਪਹਿਲਾਂ, ਉਦੋਂ ਇਹ ਆਉਂਦਾ ਜੇ। ਅੱਜ ਕਿੰਨੇ ਵਜੇ ਆਇਆ ਸੀ, ਕਿੱਦਾਂ ਫੜਿਆ? ਇਹ ਭਾਜੀ ਅੱਜ ਹੁਣੇ ਥੋੜ੍ਹੀ ਦੇਰ ਪਹਿਲਾਂ, ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਥੋੜ੍ਹੀ ਦੇਰ ਪਹਿਲਾਂ ਆਇਆ ਵਾ, ਅਤੇ ਮੇਰੇ ਕੋਲ ਸ਼ਰਟਾਂ ਦੇਖਣ ਦੇ ਬਹਾਨੇ ਆਇਆ, ਦੇਖੋ ਤੁਹਾਡੇ ਸਾਹਮਣੇ ਸ਼ਰਟਾਂ ਖਿਲ ਰਹੀਆਂ ਵਾ, ਅਤੇ ਅੱਜ ਇਹਨੂੰ ਇੱਥੇ ਹੀ ਫੜ ਲਿਆ। ਫਿਰ ਕੀ ਕਰ ਰਿਹਾ ਅੱਜ? ਇਹ ਚੋਰੀ ਕਰਦਾ ਫੜਿਆ ਗਿਆ। ਹਾਂ, ਕੱਪੜੇ ਪਾਉਂਦਾ। ਹਾਂ, ਦਬ 'ਚ ਪਾਉਣੇ? ਹਾਂ, ਦਬ 'ਚ ਪਾ ਰਿਹਾ ਸੀ। ਪੁਲਿਸ ਨੂੰ ਕੰਪਲੇਂਟ ਕਰਤੀ ਹੈ? ਹਾਂਜੀ, ਪੁਲਿਸ ਨੂੰ ਕੰਪਲੇਂਟ ਕਰਤੀ ਭਾਜੀ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।